24 ਤਰੀਕ ਦੀ ਸ਼ਾਮ ਨੂੰ 5 ਕੁ ਵਜੇ ਅਸੀਂ ਸ਼ਾਪ ਤੇ ਆਪਣਾ ਕਾਰੋਬਾਰ ਦੇਖ ਰਹੇ ਸੀਗੇ ਤੇ ਅਚਾਨਕ ਭੀੜ ਇਕੱਠੀ ਹੋ ਕਰਕੇ ਉਗਰ ਰੂਪ ਦੇ ਵਿੱਚ ਸਭ ਕੁਝ ਸੰਪਰਦਾਇਕ ਦਾ ਨਾਰੇ ਟਾਈਪ ਦੇ ਲਗਾ ਕਰਕੇ ਸਾਡੀ ਸ਼ਾਪ ਦੇ ਸਾਹਮਣੇ ਉਹ ਗੁਜ਼ਰ ਕੇ ਇੱਥੇ ਮੇਨ ਚੁਰਾਹੇ ਤੇ ਇਕੱਠੀ ਹੋ ਗਈ ਸੀ ਉਸ ਕਰਕੇ ਇਸ ਸਾਡੇ ਇਲਾਕੇ ਦਾ ਮਾਹੌਲ ਇੱਕਦਮ ਤਣਾਅਪੂਰਨ ਹੋ ਗਿਆ ਸੀਗਾ ਮੇਰੀ ਜਿੱਥੇ ਸ਼ਾਪ ਹੈ ਮੇਰੇ ਨਜ਼ਦੀਕ ਹੀ ਕੁਛ ਮੁਸਲਿਮ ਫੈਮਿਲੀਜ਼ ਹੈਗੀਆਂ ਨੇ ਕੁਛ ਦੁਕਾਨਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਮੁਸਲਿਮ ਪੀਪਲ ਸਰਵ ਕਰਦੇ ਨੇ ਔਰ ਉਹਨਾਂ ਨੇ ਨਾਲ ਮੇਰੇ ਪਿੱਛੇ ਬੈਕ ਸਾਈਡ 'ਤੇ ਇੱਕ ਮਸਜਿਦ ਵੀ ਹੈਗੀ ਹੈ ਔਰ ਉਹਨਾਂ ਨੇ ਉਸ ਟਾਈਮ ਨਮਾਜ਼ ਦਾ ਟਾਈਮ ਹੋਣ ਕਰਕੇ ਕਾਫੀ ਉੱਥੇ ਗਿਣਤੀ ਦੇ ਵਿੱਚ ਮੁਸਲਿਮ ਭਾਈ ਉੱਥੇ ਇਕੱਠੇ ਸਨ ਤਣਾਅ ਦਾ ਮਾਹੌਲ ਦੇਖ ਕਰਕੇ ਇਹਨਾਂ ਸਾਰਿਆਂ ਦੇ ਵਿੱਚ ਕੁਛ ਘਬਰਾਹਟ ਮਹਿਸੂਸ ਹੋਣ ਲੱਗ ਪਈ ਸੋ ਉਹਨਾਂ ਨੇ ਇਕੱਠਾ ਹੋ ਕੇ ਇਸ ਮਾਹੌਲ ਤੋਂ ਡਰਦੇ ਹੋਇਆ ਆਪਣੀ ਜਾਨ ਨੂੰ ਸੁਰੱਖਿਅਤ ਰੱਖਣ ਵਾਸਤੇ ਇਲਾਕਾ ਛੱਡਣ ਦਾ ਸੋਚ ਮਨ 'ਚ ਉਹਨਾਂ ਦੀ ਆਈ ਮੈਂ ਇੱਥੇ ਦੀ ਮਾਰਕੀਟ ਐਸੋਸੀਏਸ਼ਨ ਦਾ ਪ੍ਰਧਾਨ ਵੀ ਹਾਂ ਮੇਰੇ ਕੋਲ ਸੁਨੇਹਾ ਆਇਆ ਕਿ ਜਿਹੜੇ ਮਸਜਿਦ ਦੇ ਵਿੱਚ ਕੁਛ ਲੋਕ ਇਕੱਠੇ ਨੇ ਉਹ ਇੱਥੋਂ ਨਿਕਲਣਾ ਚਾਹੁੰਦੇ ਨੇ ਅਸੀਂ ਆਪਣਾ ਮੁਹੱਲੇਦਾਰੀ ਦਾ ਭਾਈਚਾਰੇ ਦਾ ਔਰ ਇਨਸਾਨੀਅਤ ਦਾ ਫਰਜ਼ ਸਮਝਦੇ ਹੋਏ ਉਹਨਾਂ ਨੂੰ ਕੋਲ ਗਏ ਸਮਝਾਇਆ ਕਿ ਇਹ ਤਣਾਅਪੂਰਨ ਮਾਹੌਲ ਜਿਨ੍ਹਾਂ ਦੇ ਕਰਕੇ ਹੋਇਆ ਇਹ ਬਾਹਰ ਦੇ ਲੋਕ ਹਨ ਆਪ ਜੀ ਨੂੰ ਘਬਰਾਉਣ ਦੀ ਲੋੜ ਨਹੀਂ ਕਿਤੇ ਵੀ ਨਾ ਜਾਓ ਤੁਸੀਂ ਸੁਰੱਖਿਅਤ ਹੋ ਅਸੀਂ ਤੁਹਾਡੀ ਇੱਥੇ ਹਿਫਾਜ਼ਤ ਕਰਾਂਗੇ ਤੁਸੀਂ ਬਿਲਕੁਲ ਨਾ ਘਬਰਾਓ ਪਰ ਮਾਹੌਲ ਜ਼ਿਆਦਾ ਹੀ ਟੈਨਸ਼ਨ ਵਾਲਾ ਸੀਗਾ ਘਬਰਾਏ ਜ਼ਿਆਦਾ ਹੀ ਸੀਗੇ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਸਰਦਾਰ ਜੀ ਤੁਸੀਂ ਕਿਸੇ ਤਰੀਕੇ ਨਾਲ ਵੀ ਸਾਨੂੰ ਇਲਾਕੇ 'ਚੋਂ ਕੱਢਣ ਦਾ ਪ੍ਰਬੰਧ ਕਰੋ ਮੇਰੀ ਵਾਈਫ ਉੱਥੇ ਬੱਚੀਆਂ ਔਰ ਜੋ ਲੇਡੀ ਸੀਗੀ ਉਹਨਾਂ ਨੂੰ ਮੇਰੀ ਵਾਈਫ ਨੇ ਤਸੱਲੀ ਦਿੱਤੀ ਆਪਣੇ ਘਰ ਲੈ ਕੇ ਆਈ ਔਰ ਘਰ ਖਾਣਾ ਖਿਲਾਇਆ ਚਾਹ ਬਣਾ ਕੇ ਪਿਲਾਈ ਉਹਨਾਂ ਨੂੰ ਤਸੱਲੀ ਦਿੱਤੀ ਕਿ ਤੁਸੀਂ ਸਾਡੇ ਘਰੇ ਰਹੋ ਤੁਹਾਨੂੰ ਕਿਤੇ ਜਾਣ ਦੀ ਲੋੜ ਕਿੰਨੇ ਲੋਕ ਸਨ ਜਿਹੜੇ ਘਰੇ ਆਏ ਸੀ ਕਿੰਨਾਂ ਨੂੰ ਲਗਭਗ 10-12 ਬੀਬੀਆਂ ਬੱਚੇ ਔਰ ਬੱਚੀਆਂ ਸਨ ਅਤੇ ਵਾਈਫ ਨੇ ਉਹਨਾਂ ਨੂੰ ਘੱਟੋ ਘੱਟ 1 ਘੰਟਾ ਤਾਂ ਪਹਿਲਾਂ ਅਸੀਂ ਜੋ ਸਾਡੇ ਘਰ ਹੀ ਰਹੇ ਆ ਵਾਈਫ ਨੇ ਉਹਨਾਂ ਨੂੰ ਕੇਅਰ ਕੀਤਾ ਅਤੇ ਉਸ ਤੋਂ ਬਾਅਦ ਵਿੱਚ ਜਦੋਂ ਇਹ ਅਸੀਂ ਵੀ ਫਿਰ ਮਹਿਸੂਸ ਕੀਤਾ ਕਿ ਮਾਹੌਲ ਜ਼ਿਆਦਾ ਵਿਗੜਦਾ ਜਾ ਰਿਹਾ ਮੈਂ ਇਕੱਲਾ ਸੀਗਾ ਪਰ ਇੱਥੇ ਮੁਹੱਲੇ 'ਚੋਂ ਕੋਈ ਅੱਗੇ ਨਹੀਂ ਸੀ ਆ ਰਿਹਾ ਡਰਦੇ ਮਾਰੇ ਮੈਂ ਆਪਣੇ ਬੇਟੇ ਇੰਦਰਜੀਤ ਨੂੰ ਫੋਨ ਕੀਤਾ ਕਿ ਬੇਟੇ ਇਹਨਾਂ ਨੂੰ ਇੱਥੋਂ ਕੱਢਣ ਦਾ ਪ੍ਰਬੰਧ ਕਰਨਾ ਪਏਗਾ ਅਤੇ ਜੋ ਵੀ ਸਾਧਨ ਹੈਗਾ ਤੁਸੀਂ ਜਲਦੀ ਆਓ ਅਤੇ ਇਹਨਾਂ ਨੂੰ ਬਾਹਰ ਕੱਢਣ ਦਾ ਇੰਤਜ਼ਾਮ ਮੇਰਾ ਬੇਟਾ ਇੰਦਰਜੀਤ ਸਿੰਘ ਬੁਲਟ ਬਾਈਕ ਲੈ ਕੇ ਫੌਰਨ ਉਹ ਇੱਥੇ ਮੇਰੇ ਕੋਲ ਪਹੁੰਚ ਗਿਆ ਬੇਟੇ ਨੇ ਬੁਲਟ 'ਤੇ ਔਰ ਮੈਂ ਸਕੂਟੀ 'ਤੇ ਪਹਿਲਾਂ ਅਸੀਂ ਛੋਟੇ ਬੱਚਿਆਂ ਤੋਂ ਸ਼ੁਰੂਆਤ ਕੀਤੀ ਹੈ ਸਕੂਟੀ ਔਰ ਬਾਈਕ ਦੇ ਉੱਪਰ 2-2, 3-3 ਜਣੇ ਅਸੀਂ ਬਿਠਾ ਕਰਕੇ ਸਾਡੇ ਇਲਾਕੇ ਤੋਂ ਤਕਰੀਬਨ 1.5-2 ਕਿਲੋਮੀਟਰ ਦੂਰ ਕਰਦਮਪੁਰੀ ਮੁਸਲਿਮ ਬਹੁਲ ਇਲਾਕਾ ਹੈਗਾ ਆ ਔਰ ਜਿੰਨੇ ਵੀ ਇੱਥੇ ਸਾਡੇ ਇਹ ਮੁਸਲਿਮ ਭਾਈ ਸਨ ਇਹਨਾਂ ਦੇ ਰਿਸ਼ਤੇਦਾਰ ਉੱਥੇ ਜ਼ਿਆਦਾ ਰਹਿੰਦੇ ਨੇ ਸੋ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਸਾਨੂੰ ਉੱਥੇ ਪਹੁੰਚਾ ਦਿਓ ਮੈਂ ਇਲਾਕੇ ਦਾ ਮਾਹੌਲ ਦੇਖਿਆ ਰਸਤੇ ਦੇ ਵਿੱਚ ਚੁਰਾਹਾਂ ਦੇ ਉੱਪਰ ਕਾਫੀ ਸੰਪਰਦਾਇਕ ਲੋਕ ਨਾਰੇ ਲਗਾਉਂਦੇ ਹੋਏ ਸਾਨੂੰ ਖੜ੍ਹੇ ਨਜ਼ਰ ਆ ਰਹੇ ਸਨ ਔਰ ਉੱਥੇ ਦੇਖਦੇ ਹੋਇਆਂ ਸ਼ੁਰੂਆਤ ਅਸੀਂ ਪਹਿਲਾਂ ਛੋਟੇ ਬੱਚਿਆਂ ਤੋਂ ਕੀਤੀ ਜਿਹੜੇ ਨੌਜਵਾਨ ਸਨ ਅਸੀਂ ਉਹਨਾਂ ਨੂੰ ਆਪਣੀਆਂ ਪੱਗਾਂ ਬੰਨ੍ਹ ਕੇ ਇੱਥੋਂ ਵਾਰੀ ਵਾਰੀ ਅਸੀਂ ਤਕਰੀਬਨ 1.5 ਘੰਟੇ ਦੇ ਵਿੱਚ ਇੱਥੋਂ 50-60 ਲੋਕਾਂ ਨੂੰ ਕਰਦਮਪੁਰੀ ਸ਼ਿਫਟ ਕੀਤਾ ਜਦੋਂ ਰਸਤੇ ਤੁਸੀਂ ਲੈ ਕੇ ਜਾ ਰਹੇ ਸੀ ਉਦੋਂ ਹਮਲੇ ਦੀ ਕੋਈ ਕੋਸ਼ਿਸ਼ ਹੋਈ ਸੀ ਉਦੋਂ ਰਸਤੇ ਦੇ ਵਿੱਚ ਡਰ ਕੋਈ ਕਿਸ ਤਰੀਕੇ ਦਾ ਮਾਹੌਲ ਸੀ ਹਾਂ ਭੀੜ ਤਾਂ ਕਾਫੀ ਇਕੱਠੀ ਸੀ ਪਰ ਜਿਸ ਤਰੀਕੇ ਨਾਲ ਹੁਣ ਨੌਜਵਾਨ ਬੱਚਿਆਂ ਨੂੰ ਅਸੀਂ ਪਗੜੀ ਬੱਧੀ ਸੀ ਸਿੱਖ ਸਰੂਪ ਹੋਣ ਕਰਕੇ ਭੀੜ ਦਾ ਜ਼ਿਆਦਾ ਧਿਆਨ ਸਾਡੇ ਵੱਲ ਨਹੀਂ ਗਿਆ ਔਰ ਸਾਨੂੰ ਕੋਈ ਖਾਸ ਰਸਤੇ 'ਚ ਦਿੱਕਤ ਨਹੀਂ ਹੋਈ ਔਰ ਕੁਛ ਜਿਹੜੇ ਮੁਸਲਿਮ ਲੋਕ ਜਿਨ੍ਹਾਂ ਦੀ ਦਿੱਖ ਬਿਲਕੁਲ ਅਲੱਗ ਸੀ ਸਾਨੂੰ ਡਰ ਸੀ ਕਿ ਇਹ ਆਪਣੀ ਦਿੱਖ ਤੋਂ ਪਛਾਣੇ ਜਾ ਸਕਦੇ ਆ ਪਗੜੀ ਬੰਨ੍ਹਣ ਤੋਂ ਬਾਵਜੂਦ ਵੀ ਕੁਛ ਮੁਸਲਿਮ ਵੀਰਾਂ ਦੀ ਮੂਛਾਂ ਨਾ ਹੋਣ ਕਰਕੇ ਉਹਨਾਂ ਦੇ ਪਗੜੀ ਬੰਨ੍ਹ ਕੇ ਵੀ ਅਸੀਂ ਸਾਨੂੰ ਲੱਗਦਾ ਸੀ ਕਿ ਅਸੀਂ ਉਹਨਾਂ ਨੂੰ ਰਸਤੇ 'ਚ ਦਿੱਕਤ ਆਈਏ ਅਸੀਂ ਰਸਤੇ ਬਦਲ ਬਦਲ ਕੇ ਰੋਂਗ ਸਾਈਡ 'ਤੇ ਔਰ ਸਾਡੇ ਇੱਥੇ ਨਾਲੇ ਦੇ ਬੈਕ ਸਾਈਡ ਤੋਂ ਰਸਤੇ 'ਤੇ ਅਸੀਂ ਉਹਨਾਂ ਨੂੰ ਪਹੁੰਚਾਇਆ ਸਾਨੂੰ ਕੋਈ ਜ਼ਿਆਦਾ ਦਿੱਕਤ